ਬਟਾਲਾ ਵਿੱਚ ਪੁਰਾਣੀ ਰਾਜਨੀਤਿਕ ਰੰਜਿਸ਼ ਦੇ ਚਲਦਿਆਂ ਦੋ ਧਿਰਾਂ ਵਿਚਕਾਰ ਝਗੜਾ ਹੋ ਗਿਆ। ਇਸ ਝਗੜੇ ਦੌਰਾਨ ਦੋਵਾਂ ਧਿਰਾਂ ਦੇ 4 ਲੋਕ ਜ਼ਖਮੀ ਹੋ ਗਏ, ਜਦਕਿ ਇੱਕ ਨੌਜਵਾਨ ਦੇ ਗੋਲੀ ਲੱਗਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਇੱਕ ਧਿਰ ਨੇ ਦੱਸਿਆ ਕਿ ਦੋਵੇਂ ਨੌਜਵਾਨ ਆਪਣੀ ਕਾਰ 'ਤੇ ਜਾ ਰਹੇ ਸਨ ਤਾਂ ਉਹਨਾਂ ਨੂੰ ਰਾਹ ਦੇ ਵਿੱਚ ਰੋਕ ਕੇ ਦੂਜੀ ਧਿਰ ਨੇ ਹਮਲਾ ਕਰ ਦਿੱਤਾ। ਇਸ ਹਮਲੇ ਦੇ ਵਿੱਚ ਗੱਡੀ ਦੀ ਵੀ ਬੁਰੀ ਤਰ੍ਹਾਂ ਦੇ ਨਾਲ ਭੰਨਤੋੜ ਕੀਤੀ ਗਈ। ਦੂਜੇ ਪਾਸੇ ਸਾਬਕਾ ਕੌਂਸਲਰ ਜਤਿੰਦਰ ਕਲਿਆਣ ਅਤੇ ਉਹਨਾਂ ਦੇ ਭਰਾ ਨੇ ਆਰੋਪ ਲਗਾਏ ਕਿ ਉਹਨਾਂ ਦੀ ਰਾਜਨੀਤਿਕ ਵਿਰੋਧੀ ਧਿਰ, ਜਿਨ੍ਹਾਂ ਦੇ ਕੋਲੋਂ ਉਹਨਾਂ ਨੇ ਪਹਿਲਾਂ ਜਿੱਤ ਹਾਸਿਲ ਕਰ ਕੌਂਸਲਰ ਚੁਣੇ ਸਨ, ਜਿਸਦੇ ਕਾਰਨ ਉਹਨਾਂ ਦੇ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਰੰਜਿਸ਼ ਰੱਖੀ ਜਾ ਰਹੀ ਹੈ ਅਤੇ ਪਹਿਲਾਂ ਵੀ ਉਹਨਾਂ 'ਤੇ ਹਮਲਾ ਕੀਤਾ ਗਿਆ ਸੀ। ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਗੁਰਦਾਸਪੁਰ ਤੋਂ ਲਵਪ੍ਰੀਤ, ਖੁਸ਼ੀਪੁਰ ਦੀ ਰਿਪੋਰਟ। ਮੇਰਾ ਭਤੀਜਾ ਜੀ, ਪਤਾ ਨਹੀਂ ਮੈਂ ਤੇ ਨਗਰ ਕੌਂਸਲ ਦਫ਼ਤਰ ਦੇ ਵਿੱਚ ਆਪਣੇ ਅੱਜ ਅਪਲਾਈ ਕੀਤੇ ਉਹ ਆਪਣੇ ਲੈਣ ਲਈ ਲੈਟਰ, ਅਤੇ ਉਹਦੇ ਬਾਰੇ ਆਪਾਂ ਉੱਥੇ ਬੈਠੇ ਦੇ ਸੀ। ਮੈਨੂੰ ਫੋਨ ਆਇਆ ਵੀ ਇੱਦਾਂ ਦਾ ਝਗੜਾ ਹੋ ਗਿਆ ਵਾ, ਅਤੇ ਮੈਂ ਤੁਰੰਤ ਉੱਥੋਂ ਸਾਰੇ ਘਰ ਵਿੱਚ ਛੱਡ ਕੇ ਅਤੇ ਇੱਥੇ ਆ ਗਿਆ। ਤਾਂ ਆ ਕੇ ਦੇਖਿਆ ਕਿ ਮੁੰਡੇ ਦੇ ਗੋਲੀ ਲੱਗੀ ਦੀ ਆ, ਦੂਜੇ ਮੁੰਡੇ ਦੇ ਗੋਟਰ ਦੇ ਇਹਨਾਂ ਨੇ ਮਾਰਿਆ ਜੀ, ਗੋਟ ਲਾਤਾ ਜੀ। ਝਗੜਾ ਖਾਲਸਾ ਸਕੂਲੇ ਹੋਇਆ ਜੀ, ਉਹਦੇ ਬੈਕ ਸਾਈਡ 'ਤੇ ਜਿੱਥੇ ਗੱਡੀ ਵੀ ਭੰਨੀ ਸਾਡੀ। ਹਾਂਜੀ, ਗੱਡੀ ਭੰਨੀ ਆ ਜੀ। ਮੈਨੂੰ ਨਹੀਂ ਜੀ ਇਸ ਬਾਰੇ ਪਤਾ ਕਿੰਨੇ ਬੰਦੇ ਸੀ, ਬਾਕੀ ਇਹ ਬੱਚਿਆਂ ਨੂੰ ਪਤਾ ਜੀ ਜੋ ਹੈ। ਮੈਂ ਤਾਂ ਦਫ਼ਤਰ ਗਿਆ ਸੀ, ਕਿਤੇ ਗੋਲੀ ਲੱਗੀ ਤੀ ਜੀ, ਇੱਕ ਤਾਂ ਗੋਟ ਲਾਤਾ ਜੀ ਜਸ਼ਨ, ਤੁਸ਼ਾਰ, ਉਹਦੇ ਵੀ ਗੁੱਟ ਲਾਇਆ ਜੀ, ਗੁੱਟ 'ਤੇ ਸੱਟ ਲੱਗੀ ਤੀ ਜੀ। ਅਸੀਂ ਨਹਿਰੂਗੜ ਬੱਲਾ ਮੁਹੱਲਾ ਵਾਲਮੀਕੀ ਜੀ, 22 ਸਾਲ ਦੋਵੇਂ ਬੱਚੇ ਆਪਣੇ ਭਰਾ ਜੇ। ਹਾਂਜੀ, ਤਾਏ ਚਾਚੇ ਦੇ ਮੁੰਡੇ ਆ, ਅਤੇ ਦੋਵਾਂ ਦੀ 22 ਸਾਲ ਉਮਰ ਆ, ਇੱਕ ਦੀ 22 ਸਾਲ। ਸਰ ਮੈਂ ਘਰੇ ਸੀ, ਮੇਰੇ ਬ੍ਰਦਰ ਨਾਲ ਜਾਂਦੇ ਪਏ ਸੀ, ਮਤਲਬ ਕਿ ਬਾਹਰ ਨੂੰ ਮਹੱਲੇ ਨੂੰ ਆਉਂਦੇ ਪਏ, ਪਿੱਛੋਂ ਕਲਿਆਣ ਦੇ ਮੁੰਡੇ ਨਾ ਅੱਗੋ ਘਰੋਂ ਬੁਲਾ ਕੇ ਨਾ ਮੁੰਡਿਆਂ ਨੂੰ ਸਾਡਿਆਂ ਨੂੰ ਬੁਲਾ ਕੇ ਇਹਨਾਂ ਨੇ ਨਾ ਉਹਨਾਂ ਨੇ ਬੈਂਕ ਲੋਨੀ ਜਾ ਕੇ ਨਾ ਮੋਟਰਸਾਈਕਲ ਖਲਾਰ ਕੇ ਮੇਰੇ ਬੰਦੇ ਦੇ ਸੱਟਾਂ ਮਾਰੀਆਂ ਨੀ ਆ, ਉਹ ਵਿਚਾਰੇ ਜਾਣਦੇ ਸੀ ਠੀਕ ਹੈ। ਮੇਰੇ ਭਰਾ ਦੇ ਗੋਲੀ ਵੱਜੀ ਆ, ਪਰ ਇਹਨਾਂ ਨੁਕਸਾਨ ਇਹਨਾਂ ਨੂੰ ਇੰਨੀ ਗੱਲ ਵੀ ਕਹੀ, ਮੈਂ ਕਿਹਾ ਆਪਾਂ ਲੜਨਾ ਨੀ ਆ, ਆਪਾਂ ਰਾਜੀਨਾਮਾ ਕਰਨਾ ਕਿ ਆਪਾਂ ਇੱਕ ਮਹੱਲੇ ਦੇ ਆ, ਪਰ ਨਹੀਂ ਸਰ ਇਹ ਨੀ ਮੁੜਦੇ ਪਏ, ਸਾਨੂੰ ਇਨਸਾਫ ਚਾਹੀਦਾ ਵਾ। ਗੋਲੀ ਗੋਮਸੀ ਨੇ ਚਲਾਈ ਸੀ, ਕਲਿਆਣ ਨੇ ਦੋ ਪਿਸਤੌਲ ਇਹਨਾਂ ਕੋਲ, ਨਹੀਂ ਯਕੀਨ ਨਾ ਤੁਸੀਂ ਰੋਂਦ ਵੇਖੋ ਚੈੱਕ ਕਰੋ, ਜਾਂ ਇਹਨਾਂ ਨੇ ਚੁੱਕ ਲੈਣੇ ਜੀ, ਕਿਉਂਕਿ ਮੇਰੇ ਬ੍ਰਦਰ ਇਹ ਘੱਟੋ ਘੱਟ ਹੈਗੇ ਸੀ 9-10 ਜਣੇ। ਸਰ ਮੈਂ ਆਇਆ, ਮੈਂ ਮਤਲਬ ਕਿ ਮੈਂ ਘਰੇ ਸੀ, ਸੱਪ ਪਈ, ਫਿਰ ਮੈਂ ਤੁਹਾਡੇ ਆਪਣੇ ਬ੍ਰਦਰ ਦੇ ਸੱਟ ਲੱਗੀ, ਮੈਂ ਜ਼ਖਮ ਉਹਦੇ ਜਸਾ ਤੱਕ ਲੱਗੀ, ਇੱਕ ਮੇਰਾ ਭੁੱਲਾ ਭਰਾ ਠੀਕ ਆ, ਤੇ ਇੱਕ ਜਸ਼ਨ ਤੇ ਇੱਕ ਮੇਰਾ ਭਰਾ ਦਵੀ ਠੀਕ ਆ। ਉਹਨੂੰ ਇਹਨਾਂ ਨੇ ਗੁੱਝੀਆਂ ਸੱਟਾਂ ਲਾਈਆਂ ਉਹਨਾਂ ਨੂੰ ਲੰਮੇ ਪਾ ਕੇ, ਇਹਨਾਂ ਨੇ ਪਿਓ ਪੁੱਤਾਂ ਨੇ ਨਾਲ ਇਹਨਾਂ ਦੇ ਮੁੰਡੇ ਸੀ, ਬਾਕੀ ਅਣਪਛਾਤੇ ਦਾ ਮੈਨੂੰ ਪਤਾ ਨੀ। ਕਲਿਆਣ, ਕਲਿਆਣ ਦਾ ਮੁੰਡਾ ਜਨਾਨਾ ਆ ਕੀ ਬੋਂਡੂ ਠੀਕ ਆ, ਉਹ ਗੋਮਜੀ ਠੀਕ ਆ। ਤੇ ਮੈਂ ਜਦੋਂ ਗਿਆ ਨਾ ਇਹ ਥਾਣੇ ਆਏ ਸੀ, ਮੈਂ ਥਾਣੇ ਆ, ਮੈਂ ਇਹਨਾਂ ਨੂੰ ਕਿਹਾ ਕਿ ਲੜਾਈ ਕਾਹਦੀ ਗੱਲੋਂ ਹੋਈ, ਇਹ ਮੈਨੂੰ ਆਣ ਕੇ ਪੈਣ ਲੱਗੇ ਕਿ ਆ ਤੂੰ ਯੂਕੇ, ਤੂੰ ਬੜਾ ਬਦਮਾਸ਼ ਬਣਿਆ ਦਾ। ਮੈਂ ਹਰਸ਼ ਮਲਹੋਤਰਾ, ਸਿਟੀ ਵਾਰਡ ਸਭਾ ਪ੍ਰੈਜ਼ੀਡੈਂਟ। ਹਰਸ਼, ਕੀ ਹੋਇਆ, ਕੀ ਹੈ ਮਸਲਾ? ਇਹ ਕਿ ਜਿਹੜੇ ਸਾਡੇ ਪਰਿਵਾਰ ਮੈਂਬਰ ਛੋਟੇ ਜਿਹੜੇ ਬੱਚੇ ਸੀਗੇ, ਉਹਨਾਂ ਦੇ ਨਾ ਜਤਿੰਦਰ ਕਲਿਆਣ ਨੇ ਜਿਹੜਾ ਕਿ ਸਾਡੇ ਬਰਕਲਾਫ ਇਲੈਕਸ਼ਨ ਖਲੋਤਾ ਸੀਗਾ, ਉਹਨੇ ਗੋਲੀ ਚਲਾਈ ਆ ਛੋਟੇ ਬੇਟੇ ਦੇ। ਤੇ ਕਿੰਨੇ ਲੋਕ ਜ਼ਖਮੀ ਹੋਏ? 2 ਜਣੇ ਜ਼ਖਮੀ ਹੋਏ। ਉਹਨਾਂ ਵੱਲੋਂ ਕੋਈ ਜ਼ਖਮੀ ਹੋਇਆ? ਉਹਨਾਂ ਵੱਲੋਂ ਪਤਾ ਨਹੀਂ ਜੀ ਕੌਣ। ਕੀ ਕਾਰਨ ਕੀ ਲੜਾਈ ਦਾ, ਇੰਨਾ ਵੱਡਾ ਕਲੈਸ਼ ਹੋ ਜਾਣਾ? ਕਾਰਨ ਲੜਾਈ ਦਾ ਇਹੀ ਆ, ਪੋਲੀਟੀਕਲ ਲੈਂਡ। ਪੋਲੀਟੀਕਲ ਲੈਂਡ ਕੀ ਹੈ? ਹਾਂਜੀ, ਕੀ ਪੋਲੀਟੀਕਲ, ਕੀ ਸਿਆਸੀ ਰੰਦੇਸ਼? ਸਿਆਸੀ ਰੰਦੇਸ਼ ਇਹੀ ਆ ਕਿ ਸਾਡਾ ਜਿਹੜਾ ਕਿ ਇਲੈਕਸ਼ਨਾਂ ਦੇ ਵਿੱਚ ਬਰਾਬਰ ਜਿਹੜਾ ਟਾਈ ਹੋ ਗਿਆ, ਉਹ ਤੋਂ ਇਹ ਖੁੰਦਾ ਖਾਂਦਾ ਸਾਡੇ ਤੋਂ, ਉਹ ਤੋਂ ਝਗੜਾ ਚੱਲ। ਹਾਂਜੀ, ਜਦੋਂ ਅਸੀਂ ਉਹਨਾਂ ਦੇ ਪਰਿਵਾਰ ਨਾਲ ਵੀ ਗੱਲ ਕੀਤੀ, ਤੁਹਾਡੀ ਫੈਮਿਲੀ ਨਾਲ ਵੀ ਗੱਲ ਕੀਤੀ, ਦੋਨੋਂ ਕਹਿ ਰਹੇ ਕਿ ਇੱਕ ਦੂਜੇ ਦੇ ਘਰੇ ਆ ਕੇ ਲੜੇ ਆ? ਨਹੀਂ, ਘਰੇ ਨਹੀਂ ਲੜੇ, ਇਹ ਖਾਲਸਾ ਸਕੂਲ ਦੇ ਲਾਗੇ ਉਹਨਾਂ ਦੀ ਕੋਈ ਲੜਾਈ ਹੋਈ ਆ, ਉੱਥੇ ਜਤਿੰਦਰ ਕਲਿਆਣ ਨੇ ਉਹਦੇ ਫੈਰ ਮਾਰਿਆ। ਜਿਹੜੇ ਤੁਹਾਡੇ 2 ਲੋਕ ਜ਼ਖਮੀ, ਕਿੰਨੇ ਕੁ ਜ਼ਖਮੀ? 2 ਜਣੇ ਆ ਜ਼ਖਮੀ। ਕੀ ਲੱਗਾ ਉਹਨਾਂ ਦੀ ਗੋਲੀ ਲੱਗੀ ਆ ਜੀ?
ਹਮੇਸ਼ਾ 7-8 ਪੈਂਦੇ ਮੇਰਾ ਬੇਟਾ ਕੱਲਾ ਹੀ, ਨਾ ਕੋਈ ਹਥਿਆਰ ਹੀ ਨਾ ਕੁਛ ਹੀ। ਇਹਨਾਂ ਨੇ ਮੇਰੇ ਬੇਟੇ ਦੇ ਪਿੱਛੋਂ ਮਰੇ ਕਿ ਪਿੱਛੋਂ ਸਿਰ ਦੇ 3 ਵਾਰ ਕੀਤੇ ਆ, ਮੇਰੇ ਬੇਟੇ ਨੂੰ ਘਾਇਲ ਕੀਤਾ। ਬਾਅਦ ਚ ਮੇਰਾ ਘਰ ਵਾਲੇ ਮੀਟਿੰਗ ਕਲਿਆਣ ਦੀ ਮੀਟਿੰਗ ਤੇ ਗਏ ਰਹੀ, ਉਹਨਾਂ ਨੂੰ ਫੋਨ ਕੀਤਾ ਕਿ ਬੇਟੇ ਨੂੰ ਕੱਲੇ ਪੈਸੇ ਨੇ, ਕਲਿਆਣ ਦੀ ਆਉਂਦੇ ਪਏ ਨੇ ਤੇ ਉਹਨਾਂ ਨੂੰ ਪੈ ਗਿਆ, ਉਹਨਾਂ ਦਾ ਛੋਟਾ ਭਰਾ ਉਹਨਾਂ ਤੋਂ ਪਿਆ। ਫਿਰ ਉਹਨਾਂ ਨੇ ਇਹਨਾਂ ਤੇ ਵਿੱਟਾਂ ਭਰਾਈਆਂ। ਹੁਣ ਦੇਖੋ ਕਿੰਨੀ ਜਾਂਚ ਸੀ, ਕਿੰਨੇ ਸਾਡੇ 3 ਨੇ। ਨਹੀਂ ਜੀ, ਗੋਲੀ ਕੋਈ ਹੈ ਨੀ ਹਥਿਆਰ ਸਾਡੇ ਕੋਲ ਕੋਈ, ਤੇ ਗੋਲੀ ਕਿੱਥੋਂ ਚੱਲ ਜਾਂਦੀ? ਮੇਰੇ ਹਸਬੈਂਡ ਦੇ, ਕਲਿਆਣ ਜੀ ਦੇ, ਉਹਨਾਂ ਦੇ ਛੋਟੇ ਬ੍ਰਦਰ ਦੇ, ਮੇਰੇ ਬੇਟੇ ਛੋਟੇ ਦੇ, ਗੋਮ ਜੀ ਦੇ, ਗੋਮ ਜੀ ਦੇ ਪਹਿਲੇ ਹੱਥੀ ਪਏ ਨੇ, ਗੋਮ ਜੀ ਦੇ ਮਾਰ ਗਏ। ਪਤਾ ਨੀ ਇਹਨਾਂ ਨੇ ਸਾਡੇ ਕੋਲ ਕੀ ਲੈਣੀ, ਕਿਹੜੀ ਜ਼ਮੀਨ ਸਾਡੇ ਕੋਲ ਵੰਡਾਉਣੀ, ਸਾਨੂੰ ਦੱਸਦੇ ਵੀ ਨੀ ਆ। ਅੱਗੇ ਪਰਚੋ ਪਰਚੀ ਹੋਏ ਦੇ, ਅੱਗੇ ਵੀ ਇਹਨਾਂ ਨੇ ਪਿੱਠ ਪਿੱਛੋਂ ਵਾਰ ਕਰਕੇ ਮੇਰੇ ਭਾਰਤ ਗੋਮ ਜੀ ਦੋਨੋਂ ਬੇਟੇ ਜ਼ਖਮੀ ਕੀਤੇ ਸੀ। ਮੈਂ ਜਤਿੰਦਰ ਕਲਿਆਣ ਆ ਜੀ। ਲਗਾਤਾਰ 4 ਇਲੈਕਸ਼ਨ ਲੜਿਆ ਕੌਂਸਲਰ ਦੇ ਬੀਜੇਪੀ ਵੱਲੋਂ, ਜਿਹਦੇ ਕਰਕੇ ਅਕਸਰ ਮੇਰੇ ਘਰ ਦੇ ਵਿੱਚ ਮੇਰੇ ਬੱਚਿਆਂ ਦੇ ਹਮਲੇ, ਇਹ ਵਿਰੋਧੀ ਧਿਰ ਜਿਹੜੀ ਆ ਉਹ ਕਰਦੀ ਆ ਰਹੀ ਆ। ਅੱਜ ਮੈਂ ਕੋਰਟ ਕੰਪਲੈਕਸ 'ਚ ਗਿਆ ਸੀ ਜੇ, ਅਤੇ ਮੇਰਾ ਬੇਟਾ ਗੋਬ ਜੀ ਘਰ ਇਕੱਲਾ ਸੀ, ਅਤੇ ਇਹ ਮੇਰੇ ਘਰ ਦੇ ਥੱਲੇ ਖਲੋ ਕੇ, ਜੋ ਮੈਨੂੰ ਪਤਾ ਲੱਗਾ, ਮੇਰੇ ਘਰ ਦੇ ਥੱਲੇ ਖਲੋ ਕੇ ਬੂਹੇ ਦੇ ਵਿੱਚ ਉੱਚੀ ਉੱਚੀ ਗਾਲੀ ਗਲੋਚ ਸਾਨੂੰ ਕਰਦੇ ਪਏ ਸੀ, ਜਿਨ੍ਹਾਂ ਨੂੰ ਮੇਰਾ ਬੇਟਾ ਸਮਝਾਉਣ ਗਿਆ ਵੀ ਤੁਸੀਂ ਯਾਰ ਗਾਲਾਂ ਕਿਉਂ ਕੱਢਦੇ ਪਏ ਜੇ। ਅਤੇ ਇਹਨੇ ਕਹਿਣ 'ਤੇ ਹੀ ਮੇਰੇ ਬੇਟੇ ਨੂੰ ਇਹਨਾਂ ਨੇ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਉਹਦੇ ਸੱਟਾਂ ਲਾਤੀਆਂ। ਅਤੇ ਮੈਨੂੰ ਫੋਨ ਕੀਤਾ ਕਿ ਵੀ ਮੇਰੇ ਬੇਟੇ ਗੋਬ ਜੀ ਦੇ ਸੱਟਾਂ ਲੱਗ ਗਈਆਂ ਆ। ਮੈਂ ਕੋਰਟ 'ਚੋਂ ਵਾਪਸ ਆਪਣੇ ਘਰ ਵੱਲ ਨੂੰ ਆ ਰਿਹਾ ਸੀ। ਮੇਰਾ ਛੋਟਾ ਬ੍ਰਦਰ ਚਾਚਾ ਜੀ ਦਾ ਬੇਟਾ ਹੈਪੀ ਕਲਿਆਣ, ਉਹ ਆਪਣੇ ਬੇਟਿਆਂ ਨੂੰ ਸਕੂਲੋਂ ਲੈ ਕੇ, ਬੇਟੇ ਨੂੰ ਸਕੂਲੋਂ ਲੈ ਕੇ ਵਾਪਸ ਆ ਰਿਹਾ ਸੀ। ਕੁਦਰਤੀ ਅਸੀਂ ਦੋਨੇ ਨੇ ਆਪਣੇ ਹਸਲੀ ਪੁਲ ਦੇ ਲਾਗੇ ਇਕੱਠੇ ਹੋ ਗਏ ਅਤੇ ਅਸੀਂ ਘਰ ਨੂੰ ਪੈਦਲ ਤੁਰੇ ਜਾ ਰਹੇ ਸੀ। ਖਾਲਸਾ ਸਕੂਲ ਵਾਲੀ ਗਲੀ 'ਚ ਆਏ ਹਾਂ ਅਤੇ ਇਹ ਪਹਿਲਾਂ ਤੋਂ ਹੀ ਸਾਡੀ ਵੇਟ ਕਰਦਾ ਪਿਆ, ਸਾਰਾ ਪਰਿਵਾਰ, ਸਾਰੇ ਦੋਸ਼ੀ ਜਿੰਨੇ ਆ ਜਿਨ੍ਹਾਂ ਨੇ ਮੇਰੇ ਬੇਟੇ ਨੂੰ ਪਹਿਲਾਂ ਸੱਟਾਂ ਲਾਈਆਂ ਅਤੇ ਉੱਥੋਂ ਦੌੜ ਕੇ ਆ ਗਏ ਅਤੇ ਬਾਅਦ 'ਚ ਇਹ ਮੇਰੀ ਵੇਟ ਕਰਨ ਲੱਗ ਪਏ। ਬਾਅਦ 'ਚ ਇਹਨਾਂ ਨੇ ਸਾਡੇ ਦੋਨਾਂ ਦੇ ਉੱਤੇ ਹਮਲਾ ਕਰ ਦਿੱਤਾ। ਪਹਿਲਾਂ ਮੇਰੇ 'ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ, ਮੈਂ ਗੱਡੀ ਤੋਂ ਬਚਿਆ ਅਤੇ ਬਾਅਦ 'ਚ ਇਹ ਸਾਰਾ ਪਰਿਵਾਰ ਜਾਣੀ ਕਿ ਮੇਰੇ 'ਤੇ ਦਾਤਰ ਲੈ ਕੇ। ਤੁਹਾਡੇ ਵੱਲੋਂ ਕਿੰਨੇ ਲੋਕ ਜ਼ਖਮੀ ਹੋਏ? ਅਸੀਂ ਦੋਨੇ ਬ੍ਰਦਰਸ ਨੂੰ ਸੱਟਾਂ ਲਾ ਦੀਆਂ ਜੀ ਇਹਨਾਂ ਨੇ। ਉਹ ਦੂਸਰੇ ਪਾਸੇ ਕਿੱਥੇ ਆ? ਕੋਈ ਵੀ ਨਹੀਂ ਹੋਇਆ ਜੀ, ਤੁਸੀਂ ਸੀਸੀ ਫੁਟੇਜ ਜਿਹੜੀ ਆ ਉਹ ਵੇਖ ਸਕਦੇ ਜੇ, ਜਿਹੜਾ ਕਿਹਾ ਜਾ ਰਿਹਾ ਗੋਲੀ ਵੀ ਚੱਲੀ ਕਿਤੇ। ਗੋਲੀ ਇਹਨਾਂ ਨੇ, ਜੋ ਮੈਨੂੰ ਪਤਾ ਲੱਗਾ ਆ ਕਿ ਇਹ ਜਿਹੜਾ ਹਰਸ਼ ਆ, ਇਹ ਅੱਗੇ ਵੀ ਇਹਨੇ ਗੁਰਦਾਸਪੁਰ ਰੋਡ ਦੇ ਉੱਤੇ ਜਿਹੜਾ ਇੱਕ ਪੁਲਿਸ ਮੁਲਾਜ਼ਮ ਦੇ ਘਰ ਹਮਲਾ ਹੋਇਆ ਸੀ, ਉਹਦੇ ਨਾਲ ਮਿਲ ਕੇ ਇਹਨੇ ਗੋਲੀਆਂ ਚਲਾਈਆਂ ਵਾ, ਅਤੇ ਇਹ ਪਰਚੇ ਦੇ ਵਿੱਚ ਸ਼ਾਇਦ ਇਨਵੋਲਵ ਹੈਗਾ ਆ, ਕਿਉਂਕਿ ਇਹਦੇ ਘਰ ਪੁਲਿਸ ਰੇਡ ਵਾਰ ਵਾਰ ਹੁੰਦੀ ਰਹੀ ਆ। ਅਤੇ ਸਾਡੇ ਕੇਸ ਦੇ ਵਿੱਚ ਜੋ ਮੈਨੂੰ ਪਤਾ ਲੱਗਾ ਆ, ਅਸੀਂ ਤਾਂ ਇੱਥੇ ਥਾਣੇ ਬੈਠੇ ਤੇ ਸਾਰਾ ਪਰਿਵਾਰ, ਅਤੇ ਜਦੋਂ ਅਸੀਂ ਜਾਣੀ ਕਿ ਥਾਣੇ ਆ ਗਏ ਹਾਂ, ਉਸ ਤੋਂ ਬਾਅਦ ਇਹਨਾਂ ਨੇ ਮੇਰੇ ਘਰ ਦੀ ਤੋੜ ਭੰਨ ਵੀ ਕੀਤੀ ਆ। ਲੜਾਈ ਹੈ ਕਿਸ ਗੱਲ ਦੀ? ਲੜਾਈ ਸਰ ਪੋਲੀਟੀਕਲ ਈਗੋ, ਮੈਂ ਇਹਨਾਂ ਕੋਲੋਂ ਹਰਦਾ ਨਹੀਂ ਆ। ਇਸ ਵਾਰ ਵੀ ਜਿਹੜਾ ਕੌਂਸਲਰ ਦਾ ਇਲੈਕਸ਼ਨ ਹੋਇਆ ਸੀ, ਮੈਂ ਟਾਈ ਹੋਇਆ ਜੀ ਇਹਨਾਂ ਕੋਲੋਂ, ਅਤੇ ਬਸ ਈਗੋ ਦੀ ਲੜਾਈ ਆ, ਹੋਰ ਨਾ ਤਾਂ ਇਹਨਾਂ ਨਾਲ ਸਾਡੀ ਕੋਈ ਸਾਂਝ ਆ, ਨਾ ਕੋਈ ਘਰ ਸਾਂਝਾ ਆ, ਅਤੇ ਨਾ ਕੋਈ ਇਹੋ ਜਿਹੀ ਗੱਲ ਆ, ਪੋਲੀਟੀਕਲ ਲੜਾਈ ਕਹਿ ਸਕਦੇ ਆਪਾਂ, ਕਿਉਂਕਿ ਅੱਗੇ ਵੀ ਇਹਨਾਂ ਨਾਲ ਸਾਡੇ 3-4 ਪਰਚੇ ਚੱਲਦੇ ਪਏ ਆ। ਸਾਡੇ ਵੱਲੋਂ ਪਰਚਾ ਹੁੰਦਾ ਆ, ਪੋਲੀਟੀਕਲ ਦਬਾਅ ਪੈ ਕੇ ਸਾਡੇ 'ਤੇ ਕ੍ਰੋਸ ਪਰਚਾ ਕਰ ਦਿੰਦੇ ਆ। ਜਸ਼ਨ ਮਲਹੋਤਰਾ ਨਾਂ ਦਾ ਪੇਸ਼ੈਂਟ ਹੈ, ਇਹਦੀ ਰਾਈਟ ਆਰਮ 'ਤੇ ਸੱਟ ਹੈਗੀ ਹੈ, ਅਤੇ ਇਹਦਾ ਐਮ ਐਲ ਆਰ ਕੀਤੀ ਗਈ ਹੈ,
ਥੋੜਾ ਬਲੀਡਿੰਗ ਹੋ ਰਹੀ ਹੈ ਤੇ ਕੋਈ 1.5 ਸੈਂਟੀਮੀਟਰ ਦੀ ਸੱਟ ਹੈਗੀ ਹੈ। ਰਾਈਟ ਆਰਮ ਦੇ ਬਾਹਰਲੇ ਪਾਸੇ ਇਹਦਾ ਹੁਣ ਐਕਸਰੇ ਕਰਾਵਾਂਗੇ ਉਹ 'ਚ ਕਲੀਅਰ ਹੋ ਜਾਏਗਾ ਐਕਸਰੇ 'ਚ। ਹਾਂਜੀ ਹੁਣ ਇਸ ਲਈ ਮੈਂ ਐਕਸਰੇ ਕਰਾਉਣ ਲੱਗਿਆ, ਉਹ ਪਤਾ ਚੱਲ ਜਾਏਗਾ। ਦੂਸਰੇ ਪਾਸੇ ਵਾਉਂਡ ਨਹੀਂ ਹੈਗਾ, ਇੱਕ ਪਾਸੇ ਜੇਕਰ ਐਂਟਰੀ ਵੂੰਡ ਹੈਗਾ ਅਤੇ ਦੂਜਾ ਐਗਜਿਟ ਵੂੰਡ ਹੋਣਾ ਚਾਹੀਦਾ, ਪਰ ਉਹ ਐਗਜਿਟ ਵੂੰਡ ਨਹੀਂ ਹੈਗਾ ਇਸ ਲਈ ਐਕਸਰੇ ਕਰਾਉਣ ਲੱਗੇ, ਹੁਣ ਇਹ ਕਲੀਅਰ ਹੋ ਜਾਏਗਾ। ਦੂਸਰੇ ਦੇ ਕੋਈ ਸ਼ਾਰਪ ਸੱਟ ਹੈਗੀ ਹੈ ਨੀਅਰ ਰਿਸਟ ਜੁਆਇੰਟ ਦੇ ਲਾਗੇ। ਹਾਂਜੀ ਹਾਲਾਤ ਅੰਡਰ ਆਬਜ਼ਰਵੇਸ਼ਨ ਹੈ, ਥੋੜੇ ਸਟੇਬਲ ਨੇ ਲੇਕਿਨ ਅੰਡਰ ਆਬਜ਼ਰਵੇਸ਼ਨ। ਇਹ ਇੱਕ ਹੀ ਮਹੱਲੇ ਨੂੰ ਬਿਲੋਂਗ ਕਰਦੇ ਨਹਿਰੂ ਗੇਟ ਤੋਂ, ਇਹਨਾਂ ਦੇ ਪਹਿਲਾਂ ਵੀ ਐਫ ਆਈ ਆਰ ਵਗੈਰਾ ਚੱਲਦੀ ਰਹੀ ਹੈ, ਪਹਿਲਾਂ ਤੋਂ ਲਾਕਡਾਊਨ ਹੋਣ ਕਰਕੇ ਕੋਈ ਨਾ ਕੋਈ ਕਮੈਂਟਬਾਜ਼ੀ ਹੋਣ ਕਰਕੇ, ਅਤੇ ਇਹ ਇਹਨਾਂ ਨੇ ਰੋਸ਼ 'ਚ ਆ ਕੇ ਅੱਜ ਵੀ ਜਿੱਦਾਂ ਲੜਾਈ ਕੀਤੀ ਆਪਣੇ ਮੁਹੱਲੇ 'ਚ, ਉਸ ਤੋਂ ਬਾਅਦ ਦੋਵੇਂ ਜਾਣੇ ਇੱਥੇ ਕੰਪਲੇਂਟ ਦੇਣ ਆ ਗਏ ਸੀਗੇ ਥਾਣੇ, ਅਤੇ ਉਸ ਅਕੋਰਡਿੰਗ ਮੈਂ ਇੱਕ ਦੀ ਪਾਰਟੀ ਦੀ ਆਪਾਂ ਬਿਆਨ ਲੈ ਰਹੇ ਹਾਂ, ਅਤੇ ਕੁਛ ਜਿਹੜੇ ਹੋਸਪਿਟਲਾਈਜ਼ ਹੋ ਰਹੇ ਮੈਂ ਉੱਥੇ ਚੈੱਕ ਕਰਨ ਜਾ ਰਹੀ ਹਾਂ, ਅਤੇ ਡਿਊਟੀ ਆਫਿਸਰ ਬਿਆਨ ਲੈਣ ਤੋਂ ਬਾਅਦ ਨਾਲ ਦੇ ਨਾਲ ਹੀ ਆਪਾਂ ਫਿਰ ਇਨਵੈਸਟੀਗੇਸ਼ਨ ਸਟਾਰਟ ਕਰ ਲਾਂਗੇ, ਸੀਸੀਟੀਵੀ ਦੇ ਨਾਲ ਕਿੱਥੇ ਕਿੱਥੇ ਲੜੇ, ਕੀ ਗੱਲਬਾਤ ਹੋਈ ਹੈ। ਨਹੀਂ ਗੋਲੀ ਚੱਲਣ ਦਾ ਐਗਜੈਕਟ ਅਜੇ ਤੱਕ ਕਿਸੇ ਨੇ ਵੀ ਨਹੀਂ ਦੱਸਿਆ ਇਹਦਾ ਦੀ ਕੋਈ ਗੱਲਬਾਤ, ਬਾਕੀ ਆਪਾਂ ਇੰਜਰੀਜ਼ ਚੈੱਕ ਕਰ ਲੈਣੇ ਕਿ ਕੋਈ ਇਹਦਾ ਦੀ ਕੋਈ ਗੱਲਬਾਤ ਹੈਗੀ ਹੈ। ਫਸਟ ਇਨਫੋਰਮੇਸ਼ਨ ਆਈ ਕਿ ਕਿੰਨੇ ਲੋਕ ਇੰਜਰਡ ਹੋਏ ਨੇ? ਇੰਜਰੀ ਐਸ ਐਸ ਦੀ ਇੱਕ ਪਾਰਟੀਜ਼ ਤੋਂ ਜਿੱਦਾਂ ਜਤਿੰਦਰ ਕਲਿਆਣ ਤੇ ਇਹਨਾਂ ਦੇ ਨਾਲ ਇੱਕ ਦੋ ਜਣੇ ਇਹ, ਤੇ ਦੂਸਰੀ ਚੋਂ ਵੀ ਦੋ ਜਣੇ ਕਹਿ ਰਹੇ ਆ। ਹੁਸ਼ਿਆਰਪੁਰ